ਅੱਜ ਅਸਾਂ ਜਾਈ ਹਾਂ ਜੀ ਕਲਿਆਮ ਸ਼ਰੀਫ ਮੇਲੇ ਪਰ। ਸਫ਼ਰ ਜਿਹੜਾ ਸਾਡਾ ਹੈ ਨਾ ਉਹ ਅੱਜ ਪੈਦਲ ਹੈ। ਰਸਤੇ ਇਸ ਵਕਤ ਦੇਖੋ ਹੈ ਟ੍ਰੈਫਿਕ ਕਿਤਨੀ ਹੈ, ਸਾਰੀ ਹਵਾ ਪਤਾ ਚੱਲਣਾ ਕਿ ਇੱਧਰ ਹੀ ਆਈ ਹੈ। ਕਿਤਨਾ ਕੁ ਸਫ਼ਰ ਕਰ ਰਹੀ ਗਿਆ ਪੈਦਲ ਟੁਰੀ ਜਾਣੇ ਪਿਓ? 2 ਕਿਲੋਮੀਟਰ ਅਸਾਂ ਟੁਰੀ ਆਏ ਹਾਂ ਪਿੱਛਾ ਹੀ, ਇਹਨਾਂ ਕੋਲ 2 ਕਿਲੋਮੀਟਰ ਰਸ਼ ਦਾ ਕਿੰਨੀਆਂ ਗੱਡੀਆਂ ਲੈਣਾ। ਟਾਊਨ ਕਿਤਨਾ ਕਰ ਰਿਹਾ ਗਿਆ ਸਫ਼ਰ? ਤਕਰੀਬਨ ਹੈ 1.5 ਕਿਲੋਮੀਟਰ ਕਰ ਰਹਿਣਾ ਹੈ। ਪੂਰੇ ਪਾਕਿਸਤਾਨ 'ਚ ਲੋਕ ਇਸ ਮੇਲੇ ਕੀਤਾ ਤੱਕਣੇ ਸਸਤੇ ਜੀ। ਮਾਰੇ ਦੋਸਤੋ ਅਸਲਾਮ ਵਾਲੇਕੁਮ, ਕਹਿੰਦਾ ਸਾਰੀ ਠਾਕ ਦੱਸੋ ਹੈ, ਖੁਸ਼ ਬਾਸ਼ ਦੱਸੋ ਹੈ, ਅੱਲਾਹ ਤਾਲਾ ਨੇ ਕਿਸੇ ਅਮਾਨ ਦੱਸੋ। ਮੈਂ ਰਾਸ਼ਦ ਸ਼ਬੀਰ ਸੋ ਟੱਕੀ ਦੇ ਯੂਟਿਊਬ ਚੈਨਲ ਔਰ ਫੇਸਬੁੱਕ ਪੇਜ ਰਾਸ਼ਦ ਸ਼ਬੀ ਅੱਜ ਸਾਡੀ ਖਿਦਮਤ ਕਰ ਵੀ ਹਾਜ਼ਰ ਹੈ ਜੀ ਇੱਕ ਨਵੀਂ ਵੀਡੀਓ ਕਿੰਨਾ। ਅੱਜ ਅਸਾਂ ਜਾਈ ਰਹੇ ਹਾਂ ਜੀ ਕਲਿਆਮ ਸ਼ਰੀਫ ਮੇਲੇ ਪਰ। ਸਫ਼ਰ ਜਿਹੜਾ ਸਾਡਾ ਹੈ ਨਾ ਉਹ ਅੱਜ ਪੈਦਲ ਹੈ, ਸੋ ਟੱਕੀ ਸਕਦੇ ਹਾਂ ਉਸ ਸਾਰਾ ਸਭ ਪੈਦਲ ਜਾਈ ਰਹੇ ਹਾਂ। ਇਸ ਲਈ ਅਸਾਂ ਜਿਹੜੇ ਮੌਜੂਦ ਹਾਂ ਜੀ ਉਹ ਕਲਿਆਮ ਸ਼ਰੀਫ ਗ੍ਰਾਮ ਦੇ ਵਿੱਚ ਸਾਡੇ ਨਾਲ ਅੱਜ ਉਹ ਸੁਣਿਆ ਜੀ ਮਨਸੂਰ ਸਾਹਿਬ ਸਫ਼ਰ ਜਿਹੜਾ ਕਰੀ ਰਹੇ ਉਹ ਸਾਰਾ ਪੈਦਲ ਕਰੀ ਰਹੇ ਹਾਂ। ਅੱਜ ਸਹੀ ਇਨਸ਼ਾਅੱਲਾ ਅਸਾਂ ਕਲਿਆਮ ਸ਼ਰੀਫ ਨਾਲ ਪੂਰਾ ਮੇਲਾ ਚੈੱਕ ਕਰਾਸਾ ਹੈ। ਸਾਡਾ ਤੱਕੋ ਹੈ ਇੱਧਰ ਟ੍ਰੈਫਿਕ ਵੀ ਉੱਧਰ ਟ੍ਰੈਫਿਕ ਵੀ ਇਹ ਉਸਤਾਦ ਬੜਸੇ ਆਉਂਦੇ ਨੇ ਮੇਲੇ ਮਾਸ਼ਾਅੱਲਾ। ਤਾਂ ਬਾਕੀ ਹੁਣ ਅਸਾਂ ਜੁਲੇ ਆਪਣਾ ਸਫ਼ਰ ਜਾਰੀ ਰੱਖਿਆ ਤਾਂ ਰਸਤੇ ਜਿਹੜੇ ਜਿਹੜੇ ਸਨ ਮਨਾਜ਼ਰ ਉਹ ਸਗੀ ਚੈੱਕ ਕਰਾ ਸਕਦਾ। ਸਲਾਮ ਚਾਚਾ, ਕਿਆ ਹਾਲ ਠੀਕ ਹੋ? ਸਰਦੀ ਸਰਦਾ ਤਾਂ ਨਹੀਂ, ਕਿਆ ਨਾਮ ਮਾੜੀ ਚਾਚਾ? ਮੁਹੰਮਦ ਯੂਨਸ। ਸ਼ਾਪ ਖੋਲਣ ਜੁਲੇ ਹੋਏ? ਵਾਹ, ਇਹ ਤਾਂ ਕੁਝ ਸੁਣਿਓ ਮੋਟੋ ਚਾਚੇ ਨੂੰ ਜੁਲਿਆ ਉੱਥੇ ਹੁਣ ਕੀ ਹਾਲ ਆਸਣ ਹੈ ਮੇਲੇ ਪਰ। ਰਸਤੇ ਅਸਾਂ ਜਾਈ ਰਹੇ ਸਾਂ ਤਾਂ ਇਹ ਉਹ ਜਗ੍ਹਾ ਆ ਉਹ ਕੀ ਆ ਜਿੱਥੇ ਉਠਾਂ ਕੀ ਉਤਾਰਿਆ ਜਾਣਾ ਜਾਂ ਝਾੜਿਆ ਜਾਣਾ। ਉਸਤਾਦ ਜੀ ਸਲਾਮ ਵਾਲਕਮ, ਕਿਆ ਹਾਲ ਠੀਕ ਹੋ? ਕਿ ਜਾਸੂ ਆਏ ਵਾ? ਵਾਹ ਜੀ ਵਾਹ, ਐਸਾ ਤਾਂ ਕੋਈ ਊਂਠ ਠਾਲੇ ਵਾਲੇ ਹੈ ਅਸੀਂ ਅਸੀਂ ਊਂਠ ਕੀ ਥਾ ਲਦੀ ਰਹੇ ਟਰੱਕਿਆਂ ਵਿੱਚ। ਇਹ ਉਹ ਜਗ੍ਹਾ ਸੀ ਜਿੱਥੇ ਊਂਠਾਂ ਕੀ ਉਤਾਰਿਆ ਜਾਣਾ ਜਾਂ ਲਦਿਆ ਜਾਣਾ, ਕਿਉਂਕਿ ਜਗ੍ਹਾ ਇਸ ਤਰ੍ਹਾਂ ਇੱਥੇ ਬਣਤੀ ਆ ਨਾ। ਇਹ ਜਗ੍ਹਾ ਥੋੜ੍ਹੀ ਜਿਹੀ ਸ਼ੇਪ ਹੈ ਨਾ ਅਸੀਂ ਉੱਚੀ ਆ, ਬਾਕੀ ਨੀਚਾ ਟਰੱਕ ਲਾਉਣੇ ਆ ਆਸਾਨੀ ਹੋ ਜਾਏ। ਊਂਠ ਹੋਣਾ ਨਾ ਤੁਸੀਂ ਲਈ ਵੀ ਕਿੰਨੇ ਤਾਂ ਉਤਾਰੀ ਵੀ ਕਿੰਨੇ ਬਿਲਕੁਲ ਝਾੜੀ ਵੀ ਕਿੰਨੇ ਨਾਲ ਅਸੀਂ ਨਜ਼ਰ ਆਈ ਰਹੀ ਹੋ ਸੀ ਜੀ। ਕਸ਼ਮੀਰੀ ਰਾਕਟ ਬੱਸ ਬਹੁਤ ਹੀ ਪੁਰਾਣੀ ਔਰ ਕਦੀਮ ਇਹ ਬੱਸ ਹੈ, ਇੱਥੇ ਵੀ ਸੋ ਆਉਂਦੀਆਂ ਸਵਾਰੀਆਂ ਇਹ ਹੁਣ ਇੱਥੇ ਇੰਤਜ਼ਾਰ ਕਰੀ ਰਹੀ ਆਪਣੀਆਂ ਮੁਸਾਫਰਾਂ ਕੇ ਰੋਚਣ ਤਾਂ ਵਾਪਸੀ ਬੱਸਾਂ ਜੁਲਾਇਆ ਘਾਟ। ਅਸਾਂ ਪੁਲਾਂ ਪਰ ਪਹੁੰਚੀ ਆਏ ਹਾਂ, ਫਾਟਕਾਂ ਪਰ ਪਹੁੰਚੀ ਆਏ ਹਾਂ। ਅਸਾਂ ਤੱਕੋ ਇਸ ਜਗ੍ਹਾ ਜਿਹੜਾ ਹੈ ਨਾ ਗੱਡੀ ਬਿਲਕੁਲ ਸਿੰਗਲ ਲੰਘਣੀ ਆ, ਆਹ ਗੱਡੀਆਂ ਜਾ ਰਹੀਆਂ ਨਾਲੋਂ ਹੀ ਬੰਦੇ ਵੀ ਜਾ ਰਹੇ ਜਿਹੜਾ ਉੱਥੇ ਮੇਲਾ ਛਿਲਾ ਤੱਕੀ ਆਏ। ਇੱਥੋਂ ਜਿਹੜੀ ਹੈ ਨਾ ਰੇਲ ਗਾੜੀ ਗੁਜ਼ਰਨੀ ਆ ਨੀਚਿਓਂ, ਬਾਕੀ ਇਸ ਨੇ ਉੱਪਰ ਪੁਲ ਛੁਲ ਬਣਾਇਆ ਗਿਆ ਤਾਂ ਕਿ ਆਵਾਮ ਇੱਥੇ ਰੁਕਣਾ ਨਾ ਪਿਆ ਆਸਾਨੀ ਨਾਲ, ਇੱਥੋਂ ਜਿਹੜਾ ਹੈ ਉਹ ਗੁਜ਼ਰੀ ਗਿਆ। ਇੱਥੇ ਲੱਖਾਂ ਕਰੋੜਾਂ ਹਿਸਾਬ ਹੈ ਨਾ ਗੱਡੀਆਂ ਇੱਥੋਂ ਲੰਘਣੀਆਂ, ਇੱਕ ਦਿਹਾੜੀ 'ਚ ਅਸਾਂ ਤੱਕ ਨਹੀਂ ਸਕਦੇ ਉਸ ਕਿਸੇ ਇੱਥੇ ਲੈਨ ਲੱਗੀ ਹੋਈ ਆ। ਤਾਂ ਇਸ ਵਜ੍ਹਾ ਤੋਂ ਅਸਾਂ ਆਪਣੀ ਜਿਹੜੀ ਗੱਡੀ ਹੈ ਨਾ ਉਹ ਰਸਤੇ 'ਚ ਖਿਲਾਈ ਆਏ ਹਾਂ ਤਾਂ ਕਿ ਅਸਾਂ ਕੀ ਵਾਪਸੀ ਵੀ ਜਿਹੜਾ ਹੈ ਨਾ ਉਹ ਜ਼ਹਿਮਤ ਜ਼ਿਆਦਾ ਨਾ ਕਰਨੀ ਪਿਆ। ਤਾਂ ਇਹ ਜਿਹੜੀ ਟੋਕ ਹੈ ਨਾ ਜੀ ਟੋਕ ਸਿੱਧਾ ਸਹੀ ਨਜ਼ਰ ਆਈ ਰਹੀ ਸੀ ਆ, ਉਹ ਇਸ ਤਰ੍ਹਾਂ ਬੋਰਡ ਲਗਾ ਹੋਇਆ ਪਾਕ। ਬਾਕੀ ਅਸਾਂ ਤੱਕ ਹੀ ਸਕਦੇ ਹਾਂ ਉਸ ਬੰਦੇ ਕੱਟੇ ਤਾਂ ਗੱਡੀਆਂ ਸੰਗੀ ਜ਼ਿਆਦਾ ਇੱਥੇ ਨਜ਼ਰ ਆਈ ਰਹੀਆਂ ਉਸ ਸਮੇਂ, ਕਿਉਂਕਿ ਸਾਰੀ ਆਵਾਮ ਥਾ ਜਿਹੜੀ ਇੱਛਣੀ ਆ ਨਾ ਬੜੇ ਦੂਰੋਂ ਦੂਰੋਂ ਛੀਆਂ ਵਾਲੇ ਪਾਕਿਸਤਾਨ ਦਾ ਜਿਹੜਾ ਮੇਲਾ ਹੈ ਨਾ ਬਹੁਤ ਹੀ ਬੜਾ ਮੇਲਿਆਂ 'ਚੋਂ ਇੱਕ ਮੇਲਾ ਇੱਛਣਿਆ। ਤਾਂ ਪੂਰੇ ਪਾਕਿਸਤਾਨ 'ਚ ਲੋਕ ਇਸ ਮੇਲੇ ਕੀਤਾ ਤੱਕਣੇ ਸਸਤੇ ਨੇ, ਜ਼ਹਿਰ ਇਸ ਲਿਹਾਜ਼ ਨਾਲ ਫਿਰ ਰਸ਼ ਜਿਹੜਾ ਹੈ ਨਾ ਉਹ ਵੀ ਇੱਥੇ ਬਣੀ ਜਾਣਾ ਆ। ਤਾਂ ਤੱਕੋ ਨਾ ਸੋ ਮੋਟਰਸਾਈਕਲਾਂ ਪਰ, ਕਾਰਾਂ ਪਰ, ਰਕਸ਼ੀਆਂ ਪਰ, ਸੰਜੁਕੀਆਂ ਪਰ, ਟਰੱਕਾਂ, ਬੱਸਾਂ ਵਿੱਚ ਜਿੱਥੇ ਹੋਈ ਸਕਣਾ ਲੋਕ ਤਾਂ ਉਹ ਉਸ ਚੀਜ਼ਾਂ ਪਰ ਇੱਛਣੇ। ਇੱਥੇ ਮੌਸਮ ਵੀ ਕਾਫੀ ਅੱਜ ਧੁੰਦਲਾ ਆ, ਫਿਰ ਵੀ ਆਵਾਮ ਇੱਥੇ ਕਾਫੀ ਆਈ ਰਹੀ ਹੈ ਇਸ ਮੇਲੇ ਕੀ ਤੱਕਣੇ ਵਾਸਤੇ। ਅਸਾਂ ਰਸਤੇ 'ਚ ਜਾ ਰਹੇ ਹਾਂ ਸਾਡੇ ਨਾਲ ਮਨਜੂਰ ਸਿੰਘ ਜੀ ਇਮਰਾਨ ਮੁਗਲ ਕਸ਼ਮੀਰ ਸਾਹਿਬ। ਦੇਖ ਸਕਦੇ ਹੋ ਨਾਜ਼ਰੀਨ, ਮੈਂ ਹੂੰ ਇਮਰਾਨ ਕਸ਼ਮੀਰੀ, ਅੱਜ ਮੈਂ ਜਾ ਰਹਾ ਹੂੰ ਕਲਿਆਮ ਸ਼ਰੀਫ ਦੇ ਸਾਹਮਣੇ ਸਾਹਮਣੇ ਤਾਂ ਮਾਸ਼ਾਅੱਲਾ ਰਾਜੀ ਸਾਹਿਬ ਮੇਰੇ ਸਾਥ ਜਾ ਰਹੇ ਹੈ ਸਾਹਮਣੇ ਸਾਹਮਣੇ ਤਾਂ ਮਾਸ਼ਾਅੱਲਾ ਉੱਥੋਂ ਉਰਦੂ ਦਾ ਮੇਲਾ ਆਤਾ ਹੈ, ਬੜੀ ਦੁਨੀਆ ਇੱਥੇ ਜਾਤੀ ਹੈ। ਅੱਛਾ ਜੀ, ਬਹੁਤ ਪੈਦਲ ਕੀ ਜਾ ਰਹੇ ਹੋ? ਹਾਂ ਪਿਆਦਲ ਤਾਂ ਜਾ ਰਹੇ, ਗੱਡੀ ਪਿੱਛੇ ਖਲਾਈ ਹੈ ਜੀ। ਹਾਂ ਸਾਹਮਣੇ ਸਾਹਮਣੇ ਤਾਂ ਰਸ਼ ਬਹੁਤ ਜ਼ਿਆਦਾ ਹੈ, ਗੱਡੀ ਫਸ ਜਾਤੀ ਹੈ, ਗੱਡੀ ਬਹੁਤ ਰਸ਼ ਪੜਾ ਹੁਆ ਹੈ, ਅਗਰ ਕੋਈ ਚੁੱਟ ਰਹਿ ਜਾਏ ਤਾਂ ਪਤਾ ਗੱਡੀਆਂ ਬਹੁਤ ਜਾਤੀਆਂ ਹੈ। ਇਸ ਲਈ ਕਾਫੀ ਦੁਨੀਆ ਆਈ ਹੋਈ ਹੈ ਦੋਸਤੋ ਯਾਰੋ, ਅਸੀਂ ਪਤਾ ਆਪਣੇ ਆਪਣੇ ਗੁਜ਼ਰੇ ਧਿਆਨ ਰੱਖੋ, ਆਪਣੇ ਆਪਣੇ ਗੁਜ਼ਰੇ ਧਿਆਨ ਰੱਖੋ, ਬਹੁਤ ਰਸ਼ ਪੈ ਗੁਜ਼ਰੇ ਸੰਭਾਲੇ
नहीं पता इतना बड़ा खतरा होता है दोस्तों यारो रशिया में पता नहीं लगता रश पे जाता है सबरे सबरे ऐसा तो कोई सही नजर आई रसिया बोर्ड हजरत ख्वाजा फजलुद्दीन इनामी डेरा खान मोहम्मद मलक 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 साहब एवना था डेरा सफर सारा पैदल जाई रहा जी कल्याम शरीफ ना मेला ऐसा तक है इतना पैदल बंदा नहीं टुरी सकता इधर दसा तक है तो जहा है ना और रश ही रश है इस मेले में क्या है कि फजल शाह कल्यामी इज्जतमंद जरा है ना और काफ़ी दूर दूर इसमें उस रश अंदाजा करी कि ना उसकी कि आवाम इतना जी इतनी है ना लाखों करोड़ हिसाब न इतने अचनी है गड्डिया उस तकने उस तो जरा है ना वो फसिया हुई इतना पैदल पैर रखने इतना जगह नहीं लगनी कि बंदा पैर कुछ रखा तो और जेता गुजरा इस वजह से अपनी जी गड्डी है सी ना वो रास्ते ही खिलाई तो आए सर जाने वाला माहौल कह जाया गड्डिया चलिया हुई तो कोई राह नहीं लगना पा कोई कुछ भी नहीं है मोटरसाइकिल से पता ही है ना कुछ ना कुछ अस्सलाम वालेकुम ठीक हो काफी दूरू है अकीदत मंजर है बड़े दूरू दूरू इतना अच्छे इस मेले पर सलामी करने सारा काफला जो है जी मेले वाली साइड रास्ते इसलिए थोड़ी नो लगी है लोग जाना घट पसंद करने जी बारे दोस्तों रास्ते असा जा रहे सही बह के गैसा अस पैदल जा रहे रास्ते रश काफी सी अच्छा हूँ मेले को पहुंची रास्ते असि आज चीज नजर आई है बहुत ही स्पेशल फूड नजर आया पानी कटो मठू सर पानी आया आया भाई पानी निकलता ने भाई पी हूँ एक नवी याद है पुरानी याद है ये नवी याद है पहला पहली बार डकिया आई जाकू काफी ट्रैफिक नहीं वजह लोग अपनी गड्डिया है पार्किंग खिलाई उड़ी ज्यादा उन्हें जिम्मत ना करनी पै रोला ना पै जलील ना होना पै इस वजह से रास्ते खिलाई उड़ी इतों जरा फिर क्या होया और पैदल जा रहे जी आखिरकार असा कल्याम शरीफ पहुंची आए असा तक इतना जरा है ना ट्रैफिक थोड़ी है बाकी और रोड जी है ना और उपर जानी ने दरबार वाली साइड अस इस वे पहुंची आए मेले ने कोल कल असा तकने उस रास्ते सही नजर आई रही असन ऊंट और ऊंटा उस संगी लुंग शुंग भी नजर आई रही है असा तक माशाल्लाह बहुत ही खूबसूरत ऊंट सही नजर आई रही है यह भी बैठा एक ऊंट है वो इस संगी नजर आई रही है बैठा उसने कपड़े शपड़े बैठने जरा अज बारिश है बारिशा का मौसम है जरा ऊंटों की सर्दी लगनी है तो उन्होंने बंदोबस्त उन्होंने किया उसने पर उन्होंने के बयाने तो ये ऊंट माड़ी साइड नसना पाया मैं इसने दूरों ही खोलू लंघ तो बाकी ऐली रोड जी है ना ये कल्याम शरीफ वाली साइड जानी है असा हूँ इस रोडा पे और डायरेक्ट असा इस रोडा पे ना तो कल्याम शरीफ पहुंची जा जी मारे दोस्तों आखिरकार असा इस वेले पहुंची आए हैं दोनों दोनों टेने टेने गुटने गुटने कल्याम शरीफ दरबार भी रोड जानी असा आ ही गए इतना ट्रैफिक इतना भी काफ़ी जा रही है अवाम दरोदर दरबार वाली साइड जा रही है सलाम करी तो कुछ वापस आई रहे तो कुछ सलाम करने उतना जा रहे तो बाकी रास्ते असि दसिया जा माहौल माशा सी है ट्रैफिक ना उस चेक कराया जी असा कल्याम शरीफ मेले साइड जा रहे हैं रास्ते असा तक है
ਟ੍ਰੈਫਿਕ ਕਿਤਨੀ ਹੈ ਸਾਰੀ ਹਵਾ ਪਤਾ ਚੱਲਣਾ ਹੈ ਕਿ ਇੱਧਰ ਹੀ ਆਈ ਹੈ ਰਾਸਤੇ ਕੋਈ ਰਾਹ ਨਹੀਂ ਲੱਭਣਾ ਕਿ ਬੰਦਾ ਉੱਥੇ ਪਹੁੰਚਿਆ ਕਿਸੇ ਜਿੱਦਾਂ ਤੁਸੀਂ ਸਾਨੂੰ ਨਜ਼ਰ ਮਾਰਸੂ ਹੈ ਤਾਂ ਤੁਸਾਂ ਕਿ ਗੱਡੀ ਹੀ ਗੱਡੀ ਨਜ਼ਰ ਅੱਛੀ ਹੈ ਹੋਰ ਕੋਈ ਚੀਜ਼ ਨਜ਼ਰ ਨਹੀਂ ਥਾ ਛੰਗੀ ਸੰਗੀ ਪੁਰਾਣੇ ਦੌਰ ਨਹੀਂ ਪੁਰਾਣੀ ਗੱਡੀ ਇਸ ਨੇ ਆਪਾਂ ਲਿਖਿਆ ਜੀ ਮਾਸ਼ਾ ਅੱਲਾ ਮਾਸ਼ਾ ਅੱਲਾ ਬਹੁਤ ਹੀ ਖੂਬਸੂਰਤ ਗੱਡੀ ਹੈ ਬਹੁਤ ਅੱਛੀ ਗੱਡੀ ਹੈ ਜੀ ਮਾਸ਼ਾ ਅੱਲਾ ਤੁਸੀਂ ਪਤਾ ਪਹਿਲੇ ਦੁਬਾਰੇ ਇਹ ਬੈਡੋ ਚਲਦੀ ਹੋ ਗਿਆ ਜੀ ਆ ਬੰਦ ਹੋ ਗਿਆ ਹੈ ਬੰਦ ਹੋ ਚੁੱਕੀ ਹੈ ਜੀ ਪਤਾ ਛਾੜ ਛਾੜ ਤੇ ਚਲਦੀ ਹੈ ਸਾਡੇ ਚੋਈ ਵੀ ਖਤਮ ਹੋ ਚੁੱਕੀ ਹੈ ਹੁਣ ਦਾ ਭਾਈ ਤੇ ਜ਼ਿਆਦਾ ਚਲੀ ਆ ਦਾ 50 ਦੇ ਚਲਦੀ ਆ ਬੜੇ ਬੜੇ ਦੂਰ ਅੱਗੇ ਸੋ ਜੀ ਅੱਜ ਸੋ ਤੱਕ ਜੀ ਗੱਡੀ ਮਾਸ਼ਾ ਅੱਲਾ ਬਹੁਤ ਹੀ ਖੂਬਸੂਰਤ ਗੱਡੀ ਹੈ ਸਾ ਰੰਗ ਸੋ ਤੱਕ ਰੰਗ ਇਸ ਤੋਂ ਜ਼ਿਆਦਾ ਇਸ ਤਰ੍ਹਾਂ ਖੂਬਸੂਰਤ ਹੈ ਬਾਕੀ ਅੱਜ ਸੋ ਤੱਕ ਕਣਕਾਂ ਇਹ ਕਣਕਾਂ ਜਿਹੜੀਆਂ ਹੈਗੀਆਂ ਨਾ ਮਿਲਣ ਦੀਆਂ ਇਹ ਸਹੀ ਮਿੰਦਣ ਜਾਣੀਆਂ ਆ ਦੁਬਾਰਾ ਉੱਠੀ ਵੀ ਖਲੀਆਂ ਹੋਈਆਂ ਉਠ ਜਾਣੇ ਨੀ ਦੇਰ ਹੋਣੀ ਦੁਬਾਰਾ ਉੱਠੀ ਖਲੀਆਂ ਹੁਣ ਅਸਾਂ ਜਾ ਰਹੇ ਹਾਂ ਇਕਲਿਆਮ ਸ਼ਰੀਫ ਦਰਬਾਰ ਵਾਲੀ ਰੋਡ ਪਰ ਸਤਖੋ ਰਸਤੇ ਜਿੱਥੇ ਵੀ ਕਾਫੀ ਟ੍ਰੈਫਿਕ ਆਏ ਕਿ ਨਹੀਂ ਕਿ ਉਸ ਰੋਡਾ ਪਰ ਸੀ ਮੇਨ ਜਿਹੜੀ ਰੋਡ ਸੀ ਇਹ ਦਰਬਾਰ ਜਿਹੜੀ ਹੈ ਨਾ ਸਪੈਸ਼ਲ ਗ੍ਰਾਇਵ 'ਚ ਜਾਣੀ ਹੈ ਸਾਨੂੰ ਤੱਕ ਨਜ਼ਰ ਚੁਣਿਆ ਜਿਹੜਾ ਸੀ ਗੁਰਾਂ ਉਸ ਰੋਡ ਪਰ ਸਾਨੂੰ ਤੱਕ ਕਾਫੀ ਟ੍ਰੈਫਿਕ ਹੋਣੀ ਹੈ ਇੱਥੇ ਵੀ ਲੋਕਾਂ ਗੱਡੀਆਂ ਸ਼ਰੀਆਂ ਪਾਰਕਿੰਗ ਕਰੀ ਨਾ ਜਾਣੇ ਤਾਂ ਬਾਕੀ ਉਹ ਅੱਗੇ ਜਿਹੜਾ ਹੈ ਨਾ ਕਾਫੀ ਪਾਰਕਿੰਗ ਨਾ ਏਰੀਆ ਹੈ ਉੱਥੇ ਲੋਕਾਂ ਚੁੱਕਾਂ ਗੱਡੀਆਂ ਖਲਾਈਆਂ ਤਾਂ ਅਸਾਂ ਵੀ ਜਾ ਹੀ ਰਹੇ ਹਾਂ ਅੱਗੇ ਉਹ ਗੱਡੀ ਸਾਨੂੰ ਤੱਕ ਹੈ ਇਹ ਊਂਠ ਇੱਥੇ ਹੁਣ ਖੜੀ ਰਹਿਣਾ ਘਰ ਲੱਦੀ ਛੱਦੀਆਂ ਲੋਕਾਂ ਕੁਝ ਪਹਿਲੂ ਆਈ ਗਏ ਸਨ ਜ਼ਹਿਰ ਲੋਕ ਇੱਥੇ ਆਪਣੇ ਊਂਠਾਂ ਹੀ ਆਉਂਦੇ ਸਲਾਮੀ ਕਰਾਉਣ ਵਾਸਤੇ ਅਤੇ ਉਹ ਗੱਡੀ ਕੀ ਧੱਕਾ ਲਾਈ ਨਾ ਉੱਪਰ ਉਹਨਾਂ ਚਾਰਿਆਂ ਨੇ ਊਂਠਾ ਗਈ ਅਤੇ ਜਾਸੀ ਕੁੱਥਾ ਅਤੇ ਇੱਥੇ ਹੀ ਰਸੀ ਹੈ ਅਤੇ ਆਹ ਗੱਡੀ ਜਾ ਹੀ ਰਹੀ ਨਾ ਜੀ ਊਂਠ ਕਿਣੀ ਤਾਂ ਵਾਪਸ ਘਰ ਆਪਣੇ ਗ੍ਰਾਂ ਵਿੱਚ ਆਪਣੇ ਇਲਾਕੇ 'ਚ ਐਸਾ ਹੀ ਨਜ਼ਰ ਆਈ ਜਾ ਉਸੀ ਆ ਊਂਠ ਵਾਹ ਜੀ ਛਾਲ ਮਾਰੋ ਜੀ ਛਾਲ ਛਾਲ ਮਾਰੋ ਗੱਡੀ ਪਰ ਜੀ ਮਾਰੇ ਦੋਸਤੋ ਅੱਜ ਸੌ ਫੁੱਟੇਜ ਤੱਕੀ ਹੈ ਜੀ ਅਸਾਂ ਪੂਰਾ ਜਿਹਾ ਸਫ਼ਰ ਕੀਤਾ ਰਾਸਤੇ ਕਲਿਆਮ ਸ਼ਰੀਫ ਮਿਲੇ ਰਾਸਤੇ ਐਸਾ ਹੀ ਕਿਆ ਕਿਆ ਨਜ਼ਰ ਆਇਆ ਕਿਆ ਕਿਆ ਸਿਸਟਮ ਹੋਇਆ ਉਸ ਸਾਰਾ ਚੈੱਕ ਕੀਤਾ ਤਾਂ ਇੱਥੇ ਕਾਫੀ ਟ੍ਰੈਫਿਕ ਸੀ ਹੈ ਕਾਫੀ ਹਵਾ ਵੀ ਇੱਥੇ ਅਸ਼ਰੀ ਸੀ ਹੈ ਬਾਕੀ ਸਾਰੇ ਨਾਲ ਮੌਜੂਦ ਸਨ ਜੀ ਅੱਜ ਇਮਰਾਨ ਮੋਹਲ ਕਸ਼ਮੀਰ ਸਾਹਿਬ ਅਜੀਤ ਸਾਹਿਬ ਔਰ ਮਸ਼ਹੂਰ ਸਾਹਿਬ ਕਿਆ ਬਾਣੇ ਅੱਜ ਸਫ਼ਰ ਕਿਸਾ ਰਿਹਾ ਯਾਰ ਮੈਂ ਬਤਾਉਣਾ ਚਾਹਤਾ ਹੂੰ ਸਫ਼ਰ ਬਹੁਤ ਅੱਛਾ ਰਿਹਾ ਹੈ ਬਹੁਤ ਸਕੂਨ ਆਇਆ ਹੈ ਮਾਸ਼ਾਅੱਲਾ ਸਰਦੀ ਸਰਦੀ ਬਹੁਤ ਲੱਗਤੀ ਹੈ ਹੇੜੇ ਵਾਹ ਲੱਗਤੀ ਜਦ ਬੰਦਾ ਟੁੱਟਦਾ ਹੈ ਤਾਂ ਮਾਸ਼ਾਅੱਲਾ ਸੀ ਪਤਾ ਬੰਦੇ ਕੋ ਸਕੂਨ ਆਤਾ ਹੈ ਕਿ ਮੌਸਮ ਠੰਡਾ ਸੀ ਤਾਂ ਫਿਰ ਅਸਾਂ ਸਫ਼ਰ ਕੀਤਾ ਹੈ ਮਾਸ਼ਾਅੱਲਾ ਬਹੁਤ ਠੰਡਾ ਹੈ ਬਹੁਤ ਸਫ਼ਰ ਕੀਤਾ ਹੈ ਬੜਾ ਸਕੂਨ ਆਇਆ ਹੈ ਕਲੇਅਰ ਸ਼ਰੀਫ ਆਏ ਹੋਏ ਹੈ ਦੇਖ ਸਕਦੇ ਹੋ ਨਾਜ਼ਰੀ ਸਾਹਮਣੇ ਸਾਹਮਣੇ ਬਾਕੀ ਉਹਨਾਂ ਵਾਮ ਕਿਨੋਂ ਹੈ ਇਜਾਜ਼ਤ ਹੈ ਮੈਂ ਤੇ ਪਤਾ ਅੱਗੇ ਰਸ਼ ਬੜਾ ਹੋਇਆ ਹੈ ਇਜਾਜ਼ਤ ਹੈ।